ਨੇਤਾ ਚੋਂ ਚੱਲ ਜਾ ਰਹੇ। ਮਾਸ਼ੂ ਵਾਲੇ ਦੀ ਕਥਾ ਜਦ ਹੋਈ, ਬਾਬਾ ਦੀਪ ਸਿੰਘ ਦਾ ਖੂਨ ਉਬਾਲੇ ਖਾਵੇ। ਸੰਗਤ ਨੂੰ ਜਦੋਂ ਗੁਰੂ ਨੇ ਦੱਸਿਆ ਕਿ ਅਸੀਂ ਗੁਲਾਬੇ ਕੋਲ ਆਏ ਸੀ, ਆਪਣਾ ਸਮਝ ਕੇ ਆਏ ਸੀ, ਗੁਲਾਬੇ ਇੱਕ ਦਿਨ ਦੀ ਰੋਟੀ ਕੀਤੀ। ਜਦੋਂ ਲਾਗਲੇ ਕਾਜੀ ਨੇ ਰੌਲਾ ਪਾਇਆ ਤੇ ਰਾਤ ਹੀ ਸਾਨੂੰ ਰੇਜਾ ਅੱਗੇ ਰੱਖ ਕੇ ਕਹਿੰਦਾ ਜੀ ਰਾਤ ਹੀ ਮੇਰੇ ਘਰੋਂ ਚਲੇ ਜਾਓ, ਤੁਹਾਨੂੰ ਰੱਖਣ ਨਾਲ ਮੇਰਾ ਨੁਕਸਾਨ ਹੋ ਜਾਏਗਾ, ਤੁਹਾਡਾ ਤਾਂ ਕੱਖ ਰਿਹਾ ਨਹੀਂ, ਮੇਰਾ ਰਹਿਣ ਜੀ। ਇਹ ਸ਼ਬਦ ਗੁਲਾਬੇ ਨੇ ਲਿਖੇ। ਗੱਲਾਂ ਕਰਨ ਸੁਖਾਲੀ ਅਸੀਂ ਸੁਣਦੇ ਹਾਂ ਮੁਹੱਬਤ ਵਾਲੀ, ਲੇਕਿਨ ਜਦੋਂ ਵੇਖੀਦਾ ਹੈ ਕਿਤੇ ਗੁਰੂ ਗੋਬਿੰਦ ਸਿੰਘ ਤੋਂ ਪੁੱਛ ਕੇ ਵੇਖੋ, ਹੇ ਗੁਰੂ ਜੀ ਤੁਸੀਂ ਮਾਸ਼ੂਵਾੜੇ ਦੇ ਜੰਗਲਾਂ ਵਿੱਚ ਫਿਰੇ, ਜੰਗਲ ਫਰੀਦ ਘਰ ਬੈਠਾ ਵੀ ਜੰਗਲ ਦੀ ਗੱਲ ਕਰੇ, ਵਣ ਕੰਡਾ ਮੁੜ ਜੰਗਲਾਂ ਵਿੱਚ ਕੰਡੇ ਨੇ, ਵਣ ਨਹੀਂ ਕਰਮ, ਉੱਥੇ ਕੁਛ ਵੀ ਨਹੀਂ, ਰੱਬ ਤਾਂ ਹਿਰਦੇ 'ਚ ਵਸਦਾ ਹੈ, ਪਰ ਗੁਰੂ ਜੀ ਦਾ ਉਹ ਜੰਗਲਾਂ ਨਾਲ ਵਾਸਤਾ। ਉਹ ਜੰਗਲਾਂ ਦੇ ਵਾਸੀ ਜਾਂ ਆਦਿ ਜਾਂ ਜੰਗਲਾਂ 'ਚ ਰਹਿਣ ਦਾ ਜ਼ਿਕਰ ਨਹੀਂ ਹੈ, ਜੰਗਲ ਉਹਨਾਂ ਨੂੰ ਚੱਲਣਾ ਪਿਆ। ਜਦੋਂ ਇਹ ਗੱਲ ਸੁਣੀ ਸਤਿਗੁਰਾਂ ਨੇ ਆਪਣਾ ਉਹ ਸ਼ਬਦ ਸੁਣਿਆ, ਟਿੰਡ ਦਾ ਸਰਾਣਾ ਲਾ ਕੇ ਜਦੋਂ ਮੈਨੂੰ ਪਿਆਰੇ ਦੀ ਯਾਦ ਆਈ ਤਾਂ ਮੈਂ ਚਾਰ ਲੈਣਾ ਲਿਖੀਆਂ ਦੀਪ ਸਿੰਘ ਜੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿ। ਬੜੇ ਬੜੇ ਲੋਕ ਇੱਥੇ ਆਣ ਕੇ ਦਿਲ ਛੱਡ ਬੈਠੇ। ਗੁਰੂ ਜੀ ਨੇ ਇਹ ਨਹੀਂ ਕਿਹਾ ਮੈਂ ਕੋਈ ਵਡਿਆਈ ਕੀਤੀ ਜਾਂ ਰੱਬ ਉੱਤੇ ਅਹਿਸਾਨ ਕੀਤਾ, ਨਹੀਂ, ਉਹ ਸਹਿਮਤ ਸੁਣਾ ਰਹੇ ਸਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿ। ਤੁਧ ਬਿਨ ਰੋਗ, ਤੇਰੀ ਯਾਦ ਤੋਂ ਬਿਨਾਂ ਰੋਗ ਹੈ ਕੀ ਰਜਾਈਆਂ ਦਾ ਉੱਡਣ, ਲੇਪ ਨਿਹਾਲੀਆਂ ਰਜਾਈਆਂ ਲੈ ਕੇ ਸੋਣਾ, ਉੱਡਣ ਉੱਤੇ ਲੈ ਕੇ ਉੱਡ ਲਿਆ ਕੱਪੜਾ ਉੱਤੇ ਲੈ, ਤੇਰੀ ਯਾਦ ਤੋਂ ਬਿਨਾਂ ਰਜਾਈਆਂ ਦਾ ਉੱਡਣ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹੇ ਸੂਲ ਸਰਾਹੀ, ਇਹ ਜਿਹੜੀਆਂ ਸੂਲਾਂ ਮੇਰੇ ਪੈਰਾਂ 'ਚ ਵੱਜੀਆਂ ਇਹਨਾਂ ਦਾ ਮੈਨੂੰ ਨਸ਼ਾ ਹੈ, ਜਿਵੇਂ ਮਹਿਖਾਨੇ ਵਿੱਚ ਬਾਦਸ਼ਾਹ ਵੱਡੇ ਜਰਨੈਲ ਬਹਿੰਦੇ ਆ ਅਤੇ ਉਹਨਾਂ ਨੂੰ ਆਪਣੀ ਸੁਰਾਹੀ ਨਸ਼ੇ ਵਾਲੀ ਉੱਤੇ ਮਾਣ ਹੁੰਦਾ, ਮੈਨੂੰ ਇਹਨਾਂ ਸੂਲਾਂ ਉੱਤੇ ਮਾਣ। ਖੰਜਰ ਪਿਆਲਾ, ਉਹ ਸੁਰਾਹੀ ਦੇ ਨਾਲ ਜਿਹੜਾ ਪਿਆਲਾ ਹੁੰਦਾ ਉਹ ਮੇਰੇ ਲਈ ਖੰਜਰਾਂ ਦਾ ਪਿਆਲਾ, ਕਿਉਂਕਿ ਮੇਰੀ ਦੁਨੀਆ ਹੋਰ ਹੈ ਨਾ, ਮੈਂ ਪਿਆਰੇ ਦੇ ਪਿਆਰ ਵਿੱਚ ਵਿੱਚ ਰਿਹਾ ਹਾਂ ਅਤੇ ਉਹਨਾਂ ਸੂਲਾਂ ਵਿੱਚੋਂ ਮੈਨੂੰ ਮੋਹ ਆਉਂਦਾ, ਮੁਹੱਬਤ ਆਉਂਦੀ, ਮੈਨੂੰ ਪੀੜ ਨਹੀਂ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਜ, ਤੇਰੇ ਨਾਮ ਉੱਤੋਂ ਕਸਾਈਆਂ ਦਾ ਉਹ ਖੁੰਡੀ ਬੜੀ ਤਿੱਖੀ ਧਾਰ ਵਾਲੀ ਉਹ ਬਿੰਗ, ਜਿਸ ਨੂੰ ਕਸਾਈ ਆਪਣੇ ਜਾਨਵਰਾਂ ਨੂੰ ਕੱਟਣ ਲਈ ਵਰਤਦਾ ਹੈ, ਮੈਨੂੰ ਤੇਰੇ ਨਾਮ ਤੋਂ ਬੜਾ ਪਿਆਰਾ ਲੱਗਦਾ ਹੈ, ਮੈਂ ਪੁਰਜਾ ਪੁਰਜਾ ਤੇਰੇ ਤੋਂ ਸ਼ਹੀਦ ਹੋਣ ਲਈ ਤਿਆਰ ਹਾਂ, ਇਹ ਤੇਰੇ ਕੀਤੇ ਹੋਏ ਜੰਤ ਸੁਖੀ ਵਸਣ ਇਹ ਮੇਰਾ ਨਿਸ਼ਚਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ, ਮੈਂ ਕੋਈ ਰਾਜ ਨਹੀਂ ਜਿੱਤਣਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰਹੇ, ਮੈਨੂੰ ਤੇਰੇ ਚਰਨ ਕਮਲਾਂ ਦੀ ਪ੍ਰੀਤੀ ਚਾਹੀਦੀ। ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਿੰਘ, ਯਾਰ ਰੇ ਦਾ ਸਾਨੂੰ ਸਥਿਰ ਚੰਗਾ, ਉਹ ਭੱਠ ਖੇੜਿਆਂ ਦਾ ਰਹਿਣਾ। ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਉਹ ਪਰਚਾ ਗੁਰੂ ਜੀ ਤੋਂ ਲੈ ਲਿਆ। ਨੋਟ ਕਰਨ ਵਾਲੀ ਗੱਲ ਹੈ, ਇਹ ਤੁਹਾਨੂੰ ਕਿਸੇ ਨੇ ਦੱਸੀ ਹੋਈ, ਬਾਬਾ ਦੀਪ ਸਿੰਘ ਨੂੰ ਸ਼ਹੀਦ ਜਿਉਂਦਿਆਂ ਕਿਉਂ ਕਿਹਾ, ਤੁਸੀਂ ਮੈਨੂੰ ਬੁਲਾਇਆ, ਮੈਂ ਕਣਕੇ ਦੀ ਗੱਲ ਦੱਸਦਾ, ਸ਼ਹੀਦੀ ਤਾਂ ਤੁਸੀਂ ਰੋਜ਼ ਸੁਣਦੇ ਹੋ, ਜਨਮ ਵੀ ਸੁਣਦੇ ਹੋ। ਦੋਨੋਂ ਹੱਥ ਕਰਕੇ ਪਰਚੀ ਲੈ ਰਹੇ, ਇੱਕ ਨਾਲ ਮੱਥੇ ਨਾਲ ਲੈ, ਔਰ ਪਹਿਲੀ ਪਰਚੀ ਵਿੱਚ ਜਿਹੜਾ ਸ਼ਬਦ ਲਿਖਿਆ ਸੀ ਉਹ ਸੀ ਹਾਲ ਫਕੀਰਾਂ ਦਾ ਮਿੱਤਰ ਪਿਆਰੇ ਨੂੰ ਕਹਿ, ਹਾਲ ਫਕੀਰਾਂ, ਕਿਉਂਕਿ ਗੁਰੂ ਜੀ ਉਸ ਦਿਨ ਸਭ ਕੁਝ ਤਿਆਗ ਕੇ, ਕੁਝ ਵੀ ਕੋਲ ਦੇ ਉੱਤੇ ਲੈਣ ਲਈ ਕੱਪੜਾ ਵੀ ਹੈ ਨਹੀਂ। ਜਦੋਂ ਬਾਬਾ ਦੀਪ ਸਿੰਘ ਜੀ ਨੇ ਡੀਰਾ ਲਿਖੀਆਂ ਚਾਰ
ਚੌਹਾਂ ਤਖਤਾਂ 'ਤੇ ਨਹੀਂ, ਉਹਨਾਂ ਨੇ ਪੰਜ ਮੀਲਾਂ ਲਿਖੀਆਂ। ਪੜ੍ਹੋ, ਅਸ਼ੋਕ ਸ਼ਮਸ਼ੇਰ ਸਿੰਘ ਅਸ਼ੋਕ ਬੜਾ ਵੱਡਾ ਸਕਾਲਰ ਹੋਇਆ ਸਿੱਖ ਦਾ, ਥੋੜ੍ਹਾ ਚਿਰ ਹੋਇਆ ਗੁਜ਼ਰ ਗਿਆ। ਉਹਨਾਂ ਨੇ ਪੰਜਵੀਂ ਬੀੜ ਦਾ ਜ਼ਿਕਰ ਕੀਤਾ ਜੋ ਫਾਰਸੀ ਵਿੱਚ ਲਿਖੀ। ਇਹ ਬੀੜ ਸਿੱਖਾਂ ਦੇ ਕੋਲ ਹੁੰਦੀ ਸੀ, ਦਲਾਂ ਵਿੱਚ ਹੁੰਦੀ ਸੀ, ਔਰ ਮੁਗਲਾਂ ਦੇ ਯੁੱਧ ਸਮੇਂ ਜਦੋਂ ਘੱਲੂਘਾਰਾ ਹੋਇਆ, ਬੀੜ ਦੁਰਾਨੀਆਂ ਦੇ ਹੱਥ ਲੱਗ ਗਈ। ਉਹਨਾਂ ਦੀ ਲਿਖਤ ਮੁਤਾਬਕ ਅੱਜ ਉਹ ਈਰਾਨ ਵਿੱਚ ਸ਼ਿਸ਼ੋਭਤ ਹੈ। ਬੀੜ ਫਾਰਸੀ ਵਿੱਚ ਲਿਖੀ, ਸ਼ਾਇਦ ਪਹਿਲੀ ਵਾਰ ਸੀ ਕਿ ਪੰਜਾਬੀ ਤੋਂ ਉਲਟ ਦੂਜੇ ਅੱਖਰਾਂ ਵਿੱਚ ਬੀੜ ਬਾਬਾ ਦੀਪ ਸਿੰਘ ਜੀ ਨੇ ਲਿਖੀ। ਇੱਥੋਂ ਹੀ ਦਿਸਦਾ ਕਿ ਬਾਬਾ ਦੀਪ ਸਿੰਘ ਜੀ ਵਿੱਦਿਆ ਦੇ ਮੈਦਾਨ ਵਿੱਚ ਕਿਤਨੇ ਮੋਹਰੀ ਸਨ। ਅੱਜ ਤਾਂ ਹਿੰਦੀ ਵਿੱਚ, ਕਿਉਂਕਿ ਦੁਨੀਆਂ ਦੀਆਂ ਕੌਮਾਂ ਦੇ ਜਿਹੜੇ ਇਤਿਹਾਸ ਨੂੰ ਆਪਣੀ ਭਾਸ਼ਾ ਤੋਂ ਬਾਹਰ ਨਹੀਂ ਲਿਖਦੇ। ਥੋੜ੍ਹੇ ਦਿਨ ਹੋਏ ਪੰਜਾਬ ਦਾ ਸਾਬਕਾ DGP ਉਹ ਮੈਨੂੰ ਕੁਰਾਨ ਦੇਣ ਵਾਸਤੇ ਆਇਆ, ਤੋ ਮੈਂ ਵੇਖਿਆ ਉਸਨੂੰ ਥੱਲੇ ਪੰਜਾਬੀ 'ਚ ਅਨੁਵਾਦ ਹੈ, ਲੇਕਿਨ ਅਰਬੀ ਨੂੰ ਉਹ ਲੱਥਿਆ ਨਹੀਂ। ਉੱਥੇ ਸਾਰੀ ਸ਼ਬਦਾਵਲੀ ਅਰਬੀ ਵਿੱਚ ਹੈ। ਲੇਕਿਨ ਸਿੱਖ ਧਰਮ ਕਿਤਨਾ ਮਹਾਨ ਹੈ ਕਿ ਕਿਸੇ ਵੀ ਬੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵੀ ਲਿਪੀ ਵਿੱਚ ਲਿਖ ਲਿਆ ਜਾਏ ਸ਼ੁੱਧ ਕਰਕੇ, ਤੋ ਅਪਮਾਨ ਨਹੀਂ ਸਮਝਿਆ ਜਾਂਦਾ। ਸਭ ਤੋਂ ਵੱਡੀ ਵਡਿਆਈ ਸਾਡੀ ਦੁਨੀਆ ਵਾਸਤੇ ਸਾਡੇ ਗੁਰੂ ਨੇ ਸਾਨੂੰ ਦਿੱਤੀ ਹੈ, ਉਹ ਲਿਪੀਆਂ ਵਿੱਚ, ਇਲਾਕਿਆਂ ਵਿੱਚ ਜਾਂ ਕਿਸੇ ਖਿੱਤਿਆਂ ਨਾਲ ਸੰਬੰਧਿਤ ਨਹੀਂ, ਸਾਰੀ ਦੁਨੀਆ ਵਾਸਤੇ ਉਸਨੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੰਧ। ਤੋ ਵੀਰੋ, ਬਾਬਾ ਦੀਪ ਸਿੰਘ ਨੇ ਪੰਥ ਇਕੱਠਾ ਕੀਤਾ, ਕਥਾ ਸੁਣੀ ਪਿਆਰੇ ਦੀ, ਕਥਾ ਵਿੱਚੋਂ ਸ਼ਬਦ ਸੁਣਿਆ ਪਿਆਰੇ ਦੀ, ਕਵੀਸ਼ਰੀ ਸੁਣੀ, ਕਾਗਜ਼ ਲੈ ਲਿਆ। ਜਦੋਂ ਇਹ ਵਿਚਾਰ ਕੀਤੀ ਦਸਮ ਗ੍ਰੰਥ ਲਿਖਣ, ਦਸਮ ਗ੍ਰੰਥ ਦੋ ਆਦਮੀਆਂ ਨੇ ਲਿਖੇ, ਇੱਕ ਬਾਬਾ ਦੀਪ ਸਿੰਘ, ਦੂਜਾ ਭਾਈ ਮਨੀ ਸਿੰਘ। ਵਿਦਿਆਧਰ ਗ੍ਰੰਥ ਰੁੜ ਗਿਆ ਸੀ, ਉਸਦਾ ਸਭ ਨੂੰ ਖੇਤ ਸੀ। ਬਚੀਆਂ ਹੋਈਆਂ ਕਲਾਵਾਂ ਕੁਝ ਮਾਤਾ ਜੀ ਦੇ ਕੋਲ ਸਨ, ਕੁਝ ਭਾਈ ਮਨੀ ਸਿੰਘ ਜੀ ਨੂੰ ਮਿਲੀਆਂ ਸਨ। ਔਰ ਉਹਦੇ ਵਿੱਚ ਜਦੋਂ ਉਹਨਾਂ ਨੇ ਹਾਲ ਫਕੀਰਾਂ ਦਾ ਲਿਖਣ ਲੱਗੇ ਤੇ ਗਿਆਨੀ ਦੇ ਮਨ ਵਿੱਚ ਅਸ਼ੰਕਾ ਹੋ ਗਈ। ਉਸਨੇ ਪੰਥ ਸਾਰਾ ਇਕੱਠਾ ਕੀਤਾ ਕਿ ਸਿੱਖੀ ਵਿੱਚ ਮਰੀਦੀ ਤਾਂ ਹੈ, ਫਕੀਰੀ ਨਹੀਂ। ਸਿੱਖ ਮਾਲਕ ਹੈ, ਫਕੀਰੀ ਦਾ ਅਰਥ ਹੁੰਦਾ ਸਭ ਕੁਛ ਛੱਡ ਦੇ, ਉਹ ਦੇਸ਼ ਵਾਸਤੇ ਦੁਨੀਆਂ ਵਾਸਤੇ ਕੁਝ ਕਰਨ ਲਈ ਤਿਆਰ ਹੈ। ਉਹ ਬਿਲਕੁਲ ਮੁਰਦਾ ਜੀਵਨ ਨਹੀਂ ਜੀ ਰਿਹਾ, ਉਹ ਕਿਸੇ ਨੂੰ ਖਵਾ ਕੇ ਰਾਜੀ ਹੈ, ਕਿਸੇ ਤੋਂ ਖੋਹ ਕੇ ਖਾਣ ਵਾਲਾ ਨਹੀਂ ਹੈ, ਉਹ ਕਿਸੇ ਦੇ ਟੁਕੜਿਆਂ ਦੇ ਪਲ ਵਾਲਾ ਨਹੀਂ, ਉਹ ਸਰਦਾਰ ਹੈ, ਉਸਨੂੰ ਸਿੱਖ ਸਰਦਾਰ ਬੋਲੇ। ਫਿਰ ਫਕੀਰੀ ਕਿਉਂ? ਦਮਦਮਾ ਸਾਹਿਬ ਵਿੱਚ ਇਕੱਠ ਹੋਇਆ ਸੀ ਪੰਥ ਤੋਂ, ਜਦੋਂ ਪੁੱਛਿਆ ਗਿਆ ਕਿ ਇਹ ਸ਼ਬਦ ਮਰੀਦੀ ਵਿੱਚ ਬਦਲ ਦਿਆ, ਕਿਉਂਕਿ ਮਰੀਦ ਸ਼ਬਦ ਸਾਡੇ ਆਇਆ ਪੀਰ ਮਰੀਦਾਂ ਬਿਰਹੜੀ, ਮਰੀਦ ਸ਼ਬਦ ਸ਼ਾਮਲ ਹੈ। ਜੇ ਇਹਦੇ ਉੱਤੇ ਹਾਲ ਮਰੀਦਾਂ ਦਾ ਕਰ ਲਿਆ ਜਾਵੇ, ਸ਼ਾਇਦ ਭਲੇਖੇ ਨਾਲ ਪੱਤਰੀ ਉੱਤੇ ਲਿਖਿਆ ਗਿਆ ਹੋਵੇ। ਤੋ ਸਿੰਘਾਂ ਨੇ ਉਸਨੂੰ ਕਿਹਾ, ਬਾਬਾ ਦੀਪ ਸਿੰਘ, ਤੁਸੀਂ ਸ਼ਬਦ ਸਹੀ ਕਹਿੰਦੇ ਹੋ, ਬਦਲਣਾ ਯੋਗ ਹੈ, ਪਰ ਰਵਾਇਤ ਅਨੁਸਾਰ ਲੱਗ ਕੰਨਾ ਬਦਲ ਲਏ, ਕਿਉਂਕਿ ਗੁਰਬਾਣੀ ਨਹੀਂ, ਗੁਰੂ ਕਾ ਸ਼ਬਦ ਹੈ, ਆਦਿ ਗ੍ਰੰਥ ਦਾ ਨਹੀਂ ਹੈ, ਤੁਸੀਂ ਬਦਲ ਸਕਦੇ ਹੋ ਇਹਦੇ ਵਿੱਚ, ਇਹਦੇ ਉੱਤੇ ਪਾਬੰਦੀ ਕੋਈ ਨਹੀਂ ਲਾਈ ਗੁਰੂ ਨੇ, ਲੇਕਿਨ ਇਹਦੇ ਬਦਲੇ ਤੁਹਾਨੂੰ ਸਿਰ ਅਰਪਣ ਕਰਨਾ ਪਏਗਾ। ਸ਼ਮਸ਼ੇਰ ਸਿੰਘ ਅਸ਼ੋਕ ਦਾ ਨੋਟ ਪੜ੍ਹੋ। ਬਾਬਾ ਦੀਪ ਸਿੰਘ ਜੀ ਉੱਠੇ, ਉਹਨਾਂ ਨੇ ਅਰਦਾਸ ਕਰਕੇ ਪੰਥ ਨੂੰ ਇਹ ਕਹਿ ਦਿੱਤਾ ਕਿ ਭਾਵੇਂ ਅੱਗੇ ਹੀ ਮੈਂ ਤੁਹਾਡਾ, ਪਰ ਅੱਜ ਪੰਥ ਦੇ ਹੁਕਮ ਨਾਲ ਮੇਰਾ ਸਿਰ ਤੁਹਾਡਾ ਹੋਇਆ, ਜਿੱਥੇ ਤੁਸੀਂ ਹੁਕਮ ਕਰੋਗੇ ਉੱਥੇ ਲਾ ਦਿਆਂਗਾ, ਕੁਝ ਸੌਰਦਾ ਹੋਵੇ ਜਾਂ ਨਾ ਸੌਰਦਾ ਹੋਵੇ, ਜਿੱਥੇ ਪੰਥ ਨੂੰ ਲੋੜ ਪਵੇ, ਜਿੱਥੇ ਪੰਜ ਸਿੰਘ ਕਹਿ ਦੇਣ, ਮੈਂ ਉੱਥੇ ਸਿਰ ਲਾ ਦਿਆਂ। ਉਸ ਦਿਨ ਤੋਂ ਬਾਬਾ ਦੀਪ ਸਿੰਘ ਨੂੰ ਮਿਸਲ ਸ਼ਹੀਦਾਂ ਦੀ ਮਿਸਲ ਦਾ ਆਗੂ ਮੰਨੇ, ਉਹਨਾਂ ਨੂੰ ਜਿਉਂਦਿਆਂ ਨੂੰ ਸ਼ਹੀਦ ਕਿਹਾ ਗਿਆ। ਲੋਕ ਮਰ ਕੇ ਸ਼ਹੀਦੀ ਪਾਉਂਦੇ ਆ, ਬਾਬੇ ਨੇ ਸ਼ਹੀਦੀ ਦਾ ਅਰਦਾਸਾ ਕਰ ਦਿੱਤਾ। ਇਹ ਹੈ ਕਹਾਣੀ ਜਿਹੜੀ ਪੰਥ ਵਿੱਚ ਦੀਪ ਸਿੰਘ ਉੱਚੇ ਟਿੱਲੇ ਉੱਤੇ ਲੈ ਗਏ। ਜਦੋਂ ਹਰਿਮੰਦਰ ਸਾਹਿਬ ਵਿੱਚ ਲੋੜ ਬਣੀ, ਉਸ ਵੇਲੇ ਪੰਥ ਦਾ ਮੁਖੀ ਸਰਦਾਰ ਚੜ੍ਹਤ ਸਿੰਘ ਸੀ। ਚੜ੍ਹਤ ਸਿੰਘ ਨੇ ਪੰਜ ਸਿੰਘ ਭੇਜੇ ਬਾਬਾ ਜੀ ਦੇ ਕੋਲ ਕਿ ਹੁਣ ਲੜਨ ਨੂੰ ਤਾਂ ਅਸੀਂ ਵੀ ਤਿਆਰ ਹਾਂ, ਪਰ ਅਬਦਾਲੀ ਦੇ ਲੜਨ ਨਾਲ ਖਤਮ ਹੋਵਾਂਗੇ, ਬਹੁਤ ਕੁਝ ਵੇਖਣਾ ਉੱਚਾ ਨੀਵਾਂ ਪਏਗਾ, ਅੱਜ ਸ਼ਹਾਦਤ ਦੀ ਲੋੜ ਹੈ। ਉਹਨੂੰ ਇਹ ਦੱਸਣ ਲਈ ਕਿ ਹਰਿਮੰਦਰ ਸਾਹਿਬ ਦੇ ਵਿਰਾਖੇ
ਜਿਉਂਦੇ ਤੁਸੀਂ ਜਾਓ। ਗਿਆ ਬਾਬਾ ਦੀਪ ਸਿੰਘ, ਉਹਦੀ ਵਾਰਤਾ ਪੜ੍ਹ, ਉਹਨੇ ਕਲਮ ਰੱਖ ਦਿੱਤੀ, ਖੰਡਾ ਫੜ ਲਿਆ। ਉਹਨੇ ਇਹ ਨਹੀਂ ਕਿਹਾ ਵੀ ਆਓ ਸਾਰੇ ਚੱਲੋ, ਉਹਨੇ ਕਿਹਾ ਮੈਂ ਚੱਲਿਆ ਜਿਹਨੂੰ ਚਾਹ ਮਗਰ ਆ। ਮਤਲਬ ਸੀ ਕਿ ਮੈਂ ਸ਼ਹੀਦੀ ਦਾ ਅਰਦਾਸਾ ਕੀਤਾ, ਕੁਝ ਸੌਰਦਾ ਹੈ ਜਾਂ ਨਹੀਂ ਸੌਰਦਾ, ਮੇਰਾ ਕਰਮ ਹੈ, ਮੈਂ ਆਪਣੇ ਅਰਦਾਸੇ ਤੇ ਕਿਹਾ। ਉਤਰਿਆ ਉੱਥੋਂ ਕੇਵਲਾ ਕਵਿਜਾ ਸਿੰਘ ਦੇ ਨਾਲ। ਜਦੋਂ ਮਾਝੇ ਵਿੱਚ ਆਇਆ, ਫਿਰੋਜ਼ਪੁਰ ਦਾ ਪੱਤਣ ਲੰਘ ਗਈ, 7000 ਆਦਮੀਆਂ ਦਾ ਨਾਲ, ਔਰ ਉਸਨੇ ਜੋ ਯੁੱਧ ਕੀਤਾ ਉਹ ਸੰਸਾਰ ਵਿੱਚ ਲਾਭ ਸਾਰ ਹੈ। ਇਹ ਕਿਸ ਯੁੱਧ 'ਤੇ ਚਲੇ ਗਏ ਆਪਾਂ, ਆਓ ਪਿੱਛੇ ਇੱਕ ਚਾਤੀ ਹੋਰ। ਅਗਲਾ ਦਿਨ ਆਇਆ ਸੀ, ਚਿੱਠੀ ਰੱਖ ਲਈ ਬਾਬਾ ਦੀਪ ਸਿੰਘ ਨੂੰ। ਜਿੰਨਾ ਚਿਰ ਗੁਰੂ ਜੀ ਦਮਦਮਾ ਰਹੇ, 2 ਸਾਲ ਦੇ ਕਰੀਬ, ਉਹਨਾਂ 'ਚ ਕੁਝ ਵੀਰਾਂ ਨੇ ਲਿਖਿਆ 9 ਮਹੀਨੇ 9 ਦਿਨ 9 ਘੜੀਆਂ, ਪਤਾ ਨਹੀਂ ਕਿੱਥੋਂ ਭਾਸ਼ਾ ਲਿਖਿਆ ਹੁੰਦੀ ਵੀ ਕਿਹੋ ਜਿਹਾ ਗੁਰੂ ਜੀ ਮਿਲ ਕੇ ਰਹੇ। ਗੁਰੂ ਜੀ 5 ਵਿੱਚ ਮੁਕਤਸਰ ਦਾ ਜੰਗ ਲੜ ਕੇ ਫਿਰ ਦਮਦਮੇ ਚਲੇ ਜਾਂਦੇ ਕੁਝ ਪਿੰਡਾਂ 'ਚੋਂ, ਔਰ 7 ਤੋਂ ਬਾਅਦ 8 ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਮਰਦਾ। ਗੁਰੂ ਜੀ ਉਦੋਂ ਕੁ ਦੱਖਣ ਨੂੰ ਤੁਰੇ ਸਨ, ਔਰੰਗਜ਼ੇਬ ਦੀ ਚਿੱਠੀ ਪੜ੍ਹ ਕੇ। ਇਹ 2.5 ਸਾਲ ਦਾ ਸਮਾਂ ਗੁਰੂ ਨੇ ਕਿੱਥੇ ਗੁਜ਼ਾਰਿਆ? ਹੋਰ ਕੋਈ ਥਾਂ ਮਿਲ ਨਹੀਂ ਰਹੀ ਸਵਾਈ ਇੱਕ ਅੱਧੀ ਦਿਹਾੜੀ ਤੋਂ। ਉਹ ਹਰੀਪੁਰੇ ਵੀ ਕਹਿ ਸਕਦੇ, ਅਬੋਹਰ ਦੇ ਨੇੜੇ, ਵੱਡ ਤੀਰਥ ਹਰੀ। ਇੱਕ ਦਿਨ, ਇਸ ਤਰ੍ਹਾਂ ਹੋਰ ਥਾਵਾਂ 'ਤੇ ਵੀ ਇੱਕ ਦਿਨ ਹੈ, ਲੇਕਿਨ ਉੱਥੇ ਲੰਬਾ ਸਮਾਂ। ਇਹ ਆਪਾਂ ਕਹਿ ਸਕਦੇ ਕਿ 9 ਮਹੀਨੇ 9 ਦਿਨ ਗੁਰੂ ਗ੍ਰੰਥ ਸਾਹਿਬ ਨੂੰ ਦੁਬਾਰਾ ਲਿਖਦਿਆਂ ਲੱਗੇ ਹੋਣ, ਗੱਤਕਿਆ ਖੁਸ਼ ਸਤਨਾਮ ਸ਼੍ਰੀ, ਕਿਉਂਕਿ ਉਸ ਵਿੱਚ ਸਾਰੀ ਵੀਰ ਹੀ ਲਿਖਣੀ ਪਈ। ਇਸ ਕਰਕੇ ਕਿ ਰਾਗਾਵਾਰ ਗੁਰੂ ਤੇਗ ਬਹਾਦਰ ਦੀ ਬਾਣੀ ਇਸ ਵਿੱਚ ਸੰਮਿਲਿਤ ਕਰਨੀ ਸੀ, ਹੋਰ ਕੋਈ ਕੰਮ ਨਹੀਂ ਸੀ। ਕਾਨੜੀ ਰਾਗ ਵਿੱਚ, ਗੁਜਰੀ ਰਾਗ ਵਿੱਚ, ਜਿਸ ਰਾਗ ਵਿੱਚ ਗੁਰੂ ਤੇਗ ਬਹਾਦਰ ਦੀ ਬਾਣੀ ਹੈ, ਉਸਨੂੰ ਉੱਥੇ ਸੰਮਿਲਿਤ ਕਰ ਲਈ ਸਾਰਾ ਨਵੇਂ ਸਿਰੋਂ ਲਿਖਣਾ। ਗੁਰੂ ਜੀ ਨੇ ਆਪਣੀ ਬਾਣੀ ਉਸ ਵਿੱਚ ਨਹੀਂ ਚਾਹੀ, ਔਰ ਇਹ ਸਮੇਂ ਵਿੱਚ ਇੰਨਾ ਸਮਾਂ ਲੱਗਿਆ, ਡੱਲੇ ਦੀ ਪਰਖ ਵੀ ਹੋਈ ਤੀ, ਇੱਥੇ ਸਿੱਖੀ ਦਾ ਆਕਾਰ ਵੀ ਵਧਿਆ। ਇੱਕ ਦਿਨ ਕਥਾ ਹੋ ਰਹੀ ਸੀ, ਔਰੰਗਜ਼ੇਬ ਦੀ ਚਿੱਠੀ ਦੁਬਾਰਾ ਆਈ, ਬਾਬਾ ਦੀਪ ਸਿੰਘ ਨੇ ਫਾਰਸੀ ਵਿੱਚ ਉਹ ਚਿੱਠੀ ਪੜ੍ਹੀ। ਬੜੇ ਵਿਦਵਾਨ ਸਨ, ਉਹਨਾਂ ਨੇ ਕਿਹਾ ਜੀ ਔਰੰਗਜ਼ੇਬ ਆਪ ਨੂੰ ਯਾਦ ਕਰਦਾ। ਉਹ ਕਹਿੰਦਾ ਇੱਕ ਵਾਰੀ ਮੈਨੂੰ ਮਿਲੋ। ਹਜ਼ੂਰ ਹੱਸ ਕੇ ਬੋਲੇ ਸੀ ਤਿਆਰ, ਪਰ ਅਸੀਂ ਚਿੱਠੀ ਪਾਈ ਸੀ ਜਿਹਦੇ ਬਦਲੇ ਵਿੱਚ ਇਹ ਚਿੱਠੀ ਆਈ, ਦੀਪ ਸਿੰਘ ਜੀ ਉਦੋਂ ਤੁਸੀਂ ਸਾਡੇ ਕੋਲ ਨਹੀਂ ਸੀ। ਪਾਤਸ਼ਾਹ, ਕਿਹੋ ਜਿਹੀ ਚਿੱਠੀ, ਕੀ ਜ਼ਿਕਰ ਸੀ ਉਸਦਾ? ਹਜ਼ੂਰ ਨੇ ਕਿਹਾ ਮੈਂ ਜਦੋਂ ਦੀਨੇ ਰਹਿੰਦਾ ਸਾਂ, ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੇਰਾ ਆਗਾ ਛੱਡ ਦਿਓ, ਰਾਜੋਤ ਦੇ ਪੋਤਰਿਆਂ ਸ਼ਮੀਰ ਹੋਣਾ ਨੇ ਮੈਨੂੰ ਉੱਥੇ ਫੜ ਘੇਰ ਲਿਆ, ਪਿਆਰ ਦੀਆਂ ਤੰਦਾਂ ਪਾ ਕੇ ਉਹਨਾਂ ਬਾਹਾਂ ਤਾਣ ਕੇ ਆਖਿਆ ਕਿ ਅਸੀਂ ਵੇਖਾਂਗੇ ਵਜ਼ੀਰ ਖਾਂ। ਉੱਥੇ ਵੀ ਔਰੰਗਜ਼ੇਬ ਦੀ ਚਿੱਠੀ ਆਈ ਸੀ, ਬਿਲਕੁਲ ਹੂਬ ਹੋਏ ਹੋ। ਉਸਨੇ ਮੈਨੂੰ ਕਿਹਾ ਸੀ ਤੁਹਾਡੇ ਪੁੱਤਰ ਮਾਰੇ ਗਏ ਨੇ, ਮੈਨੂੰ ਅਫਸੋਸ ਹੈ, ਅਤੇ ਮੈਂ ਉਸ ਨੂੰ ਚਿੱਠੀ ਲਿਖੀ ਹੈ ਦੀਪ ਸਿੰਘ ਕਿ ਤੂੰ ਇੱਕ ਚਲਾਕ ਲੂੰਬੜੀ ਦੀ ਤਰ੍ਹਾਂ ਆਦਮੀ, ਤੂੰ ਔਰੰਗਜ਼ੇਬ ਸ਼ਬਦ ਨਾਲ ਸੋਭਾ ਨਹੀਂ ਪਾਉਂਦਾ, ਔਰੰਗਜ਼ੇਬ ਦਾ ਅਰਥ ਹੈ ਤਖ਼ਤ ਨੂੰ ਸ਼ੋਭਾ ਦੇਣ। ਇਹ ਸਾਰੇ ਉਪਨਾਮ ਨੇ, ਜਹਾਂਗੀਰ, ਜਹਾਂਗੀਰ ਉਪਨਾਮ, ਸਾਰੇ ਜਹਾਨ ਨੂੰ ਰਿਜ਼ਕ ਦੇਣ ਵਾਲਾ, ਦਾਰੀ ਦੇਣ ਵਾਲਾ। ਲੇਕਿਨ ਫਿਰ ਹੋ ਗਿਆ ਪਹਿਲੇ ਸਾਲ ਤਖ਼ਤ, ਸ਼ਾਹਜਹਾਂ, ਛੋਟੇ ਜਿਹੇ ਦੇਸ਼ ਦੇ ਮਾਲਕ ਨੇ, ਦੁਨੀਆ ਬੜੀ ਵੱਡੀ ਹੈ, ਇਤਨਾ ਵੱਡਾ ਝੂਠ ਕੇ ਸ਼ਾਹਜਹਾਂ, ਜਹਾਨ ਤਾਂ ਸੰਸਾਰ ਬਣ ਗਿਆ। ਔਰੰਗਜ਼ੇਬ ਨੇ ਕਦੀ ਆਪਣੇ ਪਿਓ ਉੱਤੇ ਦੋਸ਼ ਲਾਇਆ ਸੀ ਕਿ ਤੂੰ ਇਕੱਲੇ ਹਿੰਦੁਸਤਾਨ ਦਾ ਮਾਲਕ, ਤੂੰ ਸ਼ਾਹਜਹਾਂ ਆ ਕੇ ਸਾਰੀ ਦੁਨੀਆ ਦਾ ਬਾਦਸ਼ਾਹ ਕਿਵੇਂ? ਲੇਕਿਨ ਆਪ ਉਸਨੇ ਔਰੰਗਜ਼ੇਬ ਆਲਮਗੀਰ, ਸਾਰੀ ਆਲਮ ਨੂੰ ਪਨਾਹ ਦੇਣ ਵਾਲਾ, ਆਪ ਉਸ ਤੋਂ ਵੀ ਵੱਡਾ ਝੂਠਾ। ਹਜ਼ੂਰ ਨੇ ਇੱਕ ਚਿੱਠੀ ਲਿਖੀ ਸੀ ਜਿਸ ਦਾ ਜ਼ਿਕਰ ਉਹਨਾਂ ਨੇ ਬਾਬਾ ਦੀਪ ਸਿੰਘ ਨਾਲ ਕੀਤਾ। ਲਿਖੀ ਸੀ ਚਿੱਠੀ ਦੀਪ ਸਿੰਘ, ਇਸ ਚਿੱਠੀ ਤੋਂ ਪਹਿਲਾਂ ਜਿਹੜੀ ਚਿੱਠੀ ਆਈ ਉਹ ਕਿਹੜੀ ਚਿੱਠੀ ਗੁਰੂ ਨੇ ਲਿਖੀ? ਉਹਦਾ ਨਾਮ ਹੈ ਜ਼ਫਰਨਾਮਾ, ਜਿਜੇ ਦੇ ਪੈਰ ਵਿੱਚ ਬਿੰਦੀ ਪਾ ਕੇ ਕਿਹਾ ਜਾਂਦਾ ਜ਼ਫਰਨਾਮਾ। ਫਾਰਸੀ ਉਰਦੂ ਦਾ ਸੰਮਿਲਤ ਹੈ ਨਾ, ਇਹ ਸਾਰੀਆਂ ਬਿੰਦੀਆਂ ਨਾਲ ਹੀ ਬਣਦੀ। ਜੇ ਬਿੰਦੀ ਕਰ ਦਿੱਤੀ ਜਾਏ ਫਿਰ ਬਣਦਾ ਜ਼ਫਰਨਾਮਾ, ਸਿੱਧਾ ਜਿੱਜਾ ਪੜ੍ਹ ਲਓ। ਜ਼ਫਰ, ਜ਼ਫਰ ਦਾ ਅਰਥ ਹੈ ਦੁੱਖਾਂ ਦੀ ਚਿੱਠੀ, ਜ਼ਫਰ ਦਾ ਅਰਥ ਹੈ ਫਤਿਹ ਦੀ ਚਿੱਠੀ। ਨੁਕਤੇ ਨਾਲ ਹੀ ਕੋਹਾਂ ਦਾ ਫਰਕ ਪੈ ਜਾਂਦਾ। ਹਜ਼ੂਰ ਨੇ ਜਿਹੜੀ ਚਿੱਠੀ ਲਿਖੀ ਉਹ ਸੁਣਾ ਰਹੇ ਨੇ ਦੀਪ ਸਿੰਘ, ਮਨੀ ਸਿੰਘ,
ਤੁਸੀਂ ਕੰਮ ਕੀਤਾ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਲਿਖਣ ਦਾ, ਹੋਰ ਬਹੁਤ ਕੁਝ ਕੀਤਾ, ਤੁਹਾਡੇ ਜੁੰਮੇ ਮੈਂ ਜ਼ਿੰਮੇਵਾਰੀਆਂ ਪਾ ਰਿਹਾ, ਲੇਕਿਨ ਤੁਸੀਂ ਕਹਿੰਦੇ ਹੋ ਜਵਾਬ ਨਹੀਂ ਦਿੱਤਾ। ਇੱਕ ਜਵਾਬ ਅੱਗੇ ਮੈਂ ਦੇ ਚੁੱਕਿਆ, ਹੁਣ ਮੈਂ ਪੰਥ ਦੀ ਸਲਾਹ ਨਾਲ ਇਸ ਦਾ ਵੀ ਜਵਾਬ ਦੇਵਾਂਗਾ। ਕਿਹੜੀ ਚਿੱਠੀ ਸੀ ਉਹ? ਗੁਰੂ ਜੀ ਨੇ ਕਹੀ ਫਾਰਸੀ ਵਿੱਚ, ਉਸਦਾ ਅਨੁਵਾਦ ਪੰਜਾਬੀ 'ਚ ਕਰ ਰਿਹਾ।